ਦੁਨੀਆਂ ਦਾ ਲਵ ਕਰਨਾ ਕਰ ਤਾ ਨਾ ਸ਼ਾਦੀ ਕਰਨੀ ਹੈ ਕਿਸੇ ਮਾਮੇ ਕੋਲ ਦੀ ਮੰਗਦਾ ਮਾਮਾ ਲਗਾ ਗਿਆ ਨੌਕਰੀ ਦੇ ਓਏ ਲੈ ਮੈਂ ਚਲੀ ਗਈ ਕਿ ਪਾ ਜਾ ਮੈਂ ਨਾ ਚਲ ਚਲ ਘੁੱਟ ਕੇ ਘੁੱਟ ਕੇ ਇਵੇਂ ਲੈਵਲ ਦੀ ਹੋਵੇ ਲੈਵਲ ਦੀ ਪੁੱਤਰਾ ਚਾਰ ਕੱਠੇ ਨਾ ਲਾ ਦੇ ਤਾਂ ਲਗੋ ਏ ਇਹ ਚੈੱਕ ਕਰੋ ਮਾਸ਼ਾਅੱਲਾ ਠੀਕ ਹੈ ਮੈਂ ਤਾਂ ਕੀ ਬਣਾ ਦੇਣਾ ਬਾਅਦ ਆ ਦੇਣਾ ਬਾਅਦ ਲਾਜ਼ਮੀ ਚੈੱਕ ਕਰ ਕਈ ਚੀਜ਼ ਮੇਰੇ ਨਜ਼ਰ ਆ ਗਈ ਇਹ ਤਾਂ ਮੈਂ ਆ ਕੇ ਥੋਕ ਵੀ ਬਿਸਮਿਲਾ ਕਰਾਈ ਮੈਨਾਂ ਵੈਲਕਮ ਬੈਕ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਦੋਸਤੋ ਕਿਆ ਹਾਲ ਹੈ ਉਮੀਦ ਕਰਦੇ ਤੋਂ ਸਾਰੇ ਖੇਤ ਨਾਲ ਸਵਾਜ ਦਾ ਪਿਆਰਾ ਅਤੇ ਮਜ਼ਦਾਰ ਜਿਵੇਂ ਵਲੋਗ ਕਰਨੇ ਸ਼ੁਰੂ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਬਿਰਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਕਰੋ ਸਬਸਕ੍ਰਾਈਬ ਦੀ ਬਾਤ ਕਰਨੇ ਅੱਜ ਦੀ ਮਜ਼ਦਾਰ ਵੀਡੀਓ ਸ਼ੁਰੂ ਦੋਸਤੋ ਟਾਈਮ ਤਕਰੀਬਨ ਥੀਂਦਾ ਵਧਾ ਸੀ 3 ਵੱਜ ਗਏ ਅਤੇ ਸੋਰੀ 3 ਨਹੀਂ ਬਲਕਿ 5:11 ਤਾਂ ਅੱਜ ਵਲੋਗ ਥੋੜ੍ਹੀ ਲੇਟ ਸਟਾਰਟ ਕਰਦਾ ਪਈਆਂ ਤਾਂ ਕੋਸ਼ਿਸ਼ ਕਰੇ ਸਾਂ ਇਨਸ਼ਾਅੱਲਾ ਸ਼ਾਮ ਤੱਕ ਵਲੋਗ ਅਪਲੋਡ ਕਰ ਦੇਵਾਂ ਲੇਕਿਨ ਨੱਥੀਆ ਤਾਂ ਵਾਲੇ ਇਨਸ਼ਾਅੱਲਾ ਫਸਟ ਟਾਈਮ ਅਪਲੋਡ ਕਰੇ ਸਾਂ ਅਮਰ ਕਾ ਬਾਈ ਜਾਨ ਲੈਵਲ ਦੀ ਬਣਾ ਦਿੱਤੀ ਯਾਰ ਕਸਮੇ ਬੜੀ ਖੁਸ਼ਬੂ ਥੀ ਗਈ ਅੱਛਾ ਦੋਸਤੋ ਆਇਆ ਵਧਾਮ ਰਕਬੇ ਦੇ ਵਿੱਚ ਅਤੇ 3 ਪੁਜੀਸ਼ਨ ਰਹਿੰਦਾ ਪਈਆਂ ਇਸ ਸਾਈਡ 'ਤੇ ਮੇਰੇ ਰਕਬੇ ਸਾਹਮਣੇ ਵਾਲਾ ਇੱਥੇ ਸਫੈਦ ਸਫੈਦ ਲੱਗੇ ਗਾਣੇ ਇਸ ਸਾਈਡ 'ਤੇ ਚਾਚੇ ਦਾ ਰਕਬਾ ਇਹ ਬਾਗ ਡੇ ਗਿਨੋ ਅਤੇ ਇਹ ਬੈ ਚਾਚੇ ਦਾ ਠੀਕ ਹੈ ਤਾਂ ਇਹ ਰਕਬਾ ਹੈ ਇੱਕ ਫੌਜੀ ਹੈ ਕਜ਼ਨ ਹੈ ਉਹਦੇ ਕੋਲ ਅਤੇ ਡੇ ਗਿਨੋ ਬਾਗ ਦੀ ਪੁਜੀਸ਼ਨ ਫੁੱਲ ਸੜਾ ਖੜਾ ਬਾਗ ਡਿੱਠਾ ਵੇ ਫੁੱਲ ਸੜ ਗਈ ਹੈ ਇਹ ਥੱਕ ਮੈਂ ਪੱਤਰੇ ਹੁਣ ਡੇਕ ਦਿਖਾਵਾਂ ਇੱਕ ਮਿੰਟ ਇਹ ਕੁਰਕੜੇ ਥਾਏ ਖਾਣੇ ਪੱਤਰੇ ਅਗਰ ਇਹ ਕੋਈ ਪਾਣੀ ਨਾ ਲੱਗਾ ਦੂ 3 ਦਿਨਾਂ ਤੱਕ ਉਮੀਦ ਤਾਂ ਸਵੇਰੇ ਤੱਕ ਪਾਣੀ ਨਾ ਲੱਗਾ ਤਾਂ ਇਹ ਖਤਮ ਹੈ ਫੁੱਲ ਉਸ ਸਾਈਡ ਦੇ ਮੁਕੰਮਲ ਲੱਗਦਾ ਵੀ ਕੈਂ ਬਹਾ ਲਾ ਖੜਾਈ ਯਾਰ ਇਹ ਨਹੀਂ ਹੋਣਾ ਚਾਹੀਦਾ ਫੌਜੀ ਸਾਹਿਬ ਜ਼ਰਾ ਗੌਰ ਕਰ ਪਿੱਛੂ ਤੇਰੇ ਸੁਣਜਨ ਤੂੰ ਕਿੱਥਾਂ ਹੈ ਬਾਗ ਤੇਰੇ ਕਿੱਥਾਂ ਹੀ ਹਨ ਅਤੇ ਕਿਆ ਸੀਨ ਹੈ ਯਾਰ ਇਹਦਾ ਮਾਹੌਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਤਾਂ ਡਿਪਟੀ 'ਤੇ ਆਉਂਦੇ ਅਤੇ ਭਾਈਆਂ ਕੋ ਆ ਕੇ ਕਹਿੰਦਾ ਕਿ ਯਾਰ ਪਾਣੀ ਛਾਣੀ ਲਾਇਆ ਕਰੋ ਬਾਕੀ ਯਾਰ ਅੱਲਾ ਮਾਫ਼ ਕਰੇ ਵੀ ਇਸ ਨਾਲ ਕਿੱਥੇ ਦੇ ਕੋਈ 5-7 ਲੀਟਰ ਡੀਜ਼ਲ ਲੱਗ ਪਏ ਸੀ ਬੋਰ ਦੇ ਸਾਹਮਣੇ ਖੜੇ ਤਾਂ ਮੇਰੇ ਬੋਰ ਤੋਂ ਪਾਣੀ ਲੈਂਦੇ ਨੇ ਇਹ ਨਾ ਕਰੋ ਯਾਰ ਇਹ ਬਾਗ ਨੂੰ ਪਾਣੀ ਲਾਓ ਬਲਕਿ ਉਹ ਪਾਣੀ ਨਹੀਂ ਲੈਂਦਾ ਨਾ ਤਾਂ ਮੈਂ ਕੋਈ ਤਰਸ ਆਇਆ ਖੜਾ ਮੈਂ ਸਵੇਰੇ ਪਾਣੀ ਲੈਂਦਾ ਸੀਰੀਅਸ ਇਮਾਨ ਨਾਲ ਲਾਦਾ ਪੀਆਂ ਫੌਜੀ ਨਾਲ ਰਾਬਤਾ ਕਰਕੇ ਨਾ ਸ਼ਾਇਦ ਕੋਈ ਚੀਜ਼ ਬੀਜਣੀ ਹੋਣ ਇਸ ਵਜ੍ਹਾ ਨਾਲ ਪਾਣੀ ਨਹੀਂ ਲੈਂਦੇ ਪਏ ਬੀਜਣੀ ਹੁਣ ਕਿਸ ਚੀਜ਼ ਦਾ ਮੌਸਮ ਹੈ ਯਾਰ ਇਹ ਤਾਂ ਸੂਰਜ ਮੱਖੀ ਬੀਜੀ ਸੀ ਜਾਂ ਅਗਾਂ ਗੰਨਾ ਵਹੀ ਸੀ ਤਾਂ ਨਹਿਰ ਵੀ ਆਈ ਵੀ ਨਹਿਰ ਦੀ ਵਾਰੀ ਵੀ ਹੈ ਸਵੇਰੇ ਅਤੇ ਪਤਾ ਨਹੀਂ ਯਾਰ ਕਿਆ ਸੀਨ ਇਹਨਾਂ ਦਾ ਅਜੀਬ ਬੰਦੇ ਤਾਂ ਬਾਕੀ ਦੋਸਤੋ ਮਿਲਦੇ ਵਲੋਗ ਦੇ ਨਾਲ ਮੈਂ ਤਾਂ ਆਪਣੇ ਸਤਾਰ ਹਾਡੀ ਵਾਲੀ ਸਾਈਡ 'ਤੇ ਅਤੇ ਮੈਂ ਕਿਹਾ ਵਲੋਗ ਸਟਾਰਟ ਕਰ ਗਿਆ ਥਾਕੂ ਮਾਹੌਲ ਲਿਖਾ ਗਿਆ ਬਾਕੀ ਸਾਰੇ ਪਾਸੇ ਅਲਹਮਦੁਲਿਲਾ ਤਕਰੀਬਨ ਬਾਜਰੇ ਤਿਆਰ ਹਨ ਚੈੱਕ ਕਰੋ ਜ਼ਬਰਦਸਤ ਬੜੀ ਜ਼ਬਰਦਸਤ ਕੰਡੀਸ਼ਨ ਹੀ ਖੜੇ ਬਾਕੀ ਤੁਸੀਂ ਆਖਸੋ ਉਹਨਾਂ ਦੀ ਸ਼ਿਕਾਇਤਾਂ ਦਾ ਕਹਿੰਦੇ ਉਹਦੇ 'ਤੇ ਤੇਰੀ ਪੁਜੀਸ਼ਨ ਕੀ ਅਲਹਮਦੁਲਿਲਾ ਮੈਂ ਬਾਗ ਸ਼ਾਗ ਨਹੀਂ ਲਾਇਆ ਮੇਰੇ ਇੱਥੇ ਤਕਰੀਬਨ 4 ਕਨਾਲਾਂ ਦੇ ਵਿੱਚ ਮਣ ਲੱਗੀ ਹੋਈ ਅਤੇ ਇੱਕ ਸਫੈਦਾ ਲੱਗਾ ਇਹ ਚੈੱਕ ਕਰੋ ਮਾਸ਼ਾਅੱਲਾ ਠੀਕ ਹੈ ਮੈਂ ਤਕਰੀਬਨ 8 ਦਿਨਾਂ ਬਾਅਦ 10 ਦਿਨਾਂ ਬਾਅਦ ਲਾਜ਼ਮੀ ਚੈੱਕ ਕਰ ਲੈਂਦਾ ਔਰ ਪਾਣੀ ਨਾਲ ਗਾਦ ਕੇ ਵਹਿੰਦਾ ਅਤੇ ਬਾਕੀ ਸਾਈਡ 'ਤੇ ਮਾਸ਼ਾਅੱਲਾ ਸਫੈਦਾ ਇੱਕ ਮੇਰੇ ਤਿਆਰ ਹਨ ਵੈਸੇ ਅੱਗਾਂ ਮੈਂ ਗੰਦਾ ਵਹਿੰਦਾ ਤਾਂ ਉਹ ਜਿਸ ਟਾਈਮ ਮੌਸਮ ਆਉਂਦਾ ਉਹਦੀ ਅੱਛੀ ਦੇਖਭਾਲ ਕਰਾਂਦਾ ਯਾਰ ਇਹ ਤਾਂ ਨਹੀਂ ਹੋਣਾ ਚਾਹੀਦਾ ਯਾਰ ਕਸਮ ਬੜਾ ਅਫਸੋਸ ਲੱਗਿਆ ਮੈਂ ਭਲਕ ਕਾਲ ਕਰਾਂਦਾ ਵੀ ਯਾਰ ਇਹ ਤੇਰੀ ਪੁਜੀਸ਼ਨ ਪਿੱਛੋਂ ਥਈ ਪਈ ਹੈ ਅਤੇ ਤੂੰ ਕਿੱਥਾਂ ਗਾਇਬ ਹੈ ਕਈ ਚੀਜ਼ ਮੇਰੇ ਨਜ਼ਰ ਆ ਗਈ ਤਾਂ ਮੈਂ ਆ ਕੇ ਥੋਕ ਵੀ ਬਿਸਮਿਲਾ ਕਰਾਈ ਵੇ ਨਾ ਚਾਹੇ ਬਿਰਾ ਖਾਉਣੇ ਦਾ ਬਿਸਮਿਲਾ ਵਜੋ ਮੈਂ ਤਾਂ ਬਈ ਖਾਸ ਹਾਂ ਚੰਗਾ ਮੰਡ ਕੇ ਉਹ ਇਸ ਸਾਈਡ 'ਤੇ ਪੈਣੇ ਇਹ ਪੱਕੇ ਇਸ ਸਾਈਡ 'ਤੇ ਪੈਣੇ ਇਹ ਬਲਕਿ ਖਰਾਬ ਤਿਆ ਪਏ ਇਹ ਪੇ ਸਾਹਮਣੇ ਜ਼ਬਰਦਸਤ ਹੁਣ ਮੈਂ ਟੈਸਟ ਕਰਾਉਣੇ ਰੱਖਣੇ ਦੇ ਟੈਸਟ ਕਿਆ ਹੈ ਮੈਂ ਦੋਨਾਂ ਖਾੜੀ ਮਿੰਟ ਅੱਛਾ ਬਾਹਰ ਕਰਨ ਮੈਂ ਟੈਸਟ ਕਰਨ ਡੇ ਓਏ ਓਏ ਹੋਏ 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 ਲੈਵਲ ਹੈ ਸ਼ਨਾ ਲੈਵਲ ਇਹ ਕਸਮ ਹੈ ਅੱਛਾ ਬਲਕਿ ਤੁਸੀਂ ਇਹ ਨਾ ਖਾਸੋ ਤੁਸੀਂ ਇਹ ਚੀਜ਼ ਖਾਸੋ ਇਹ ਸਾਹਮਣੇ ਵਾਲੀ ਇਵੇਂ ਨਾ ਨਹੀਂ ਨਹੀਂ ਯਾਰ ਬੜੀ ਲੈਵਲ ਦੀ ਚੀਜ਼ ਹੈ ਕਸਮੇ ਅੱਲਾ ਦੀ ਇਹ ਨਾ ਮੈਂ ਤਾਂ ਕੋਈ ਥੋੜ੍ਹਾ ਅੱਜ ਦੇਦਾ ਪਿਆ ਇੱਥਾਂ ਲੇਕਿਨ ਇਹ ਵੱਲੀ ਪਏ ਤਾਂ ਵੱਲੀ ਥਈ ਯਕੀ ਖਾਲੀ ਪਈ ਨਹੀਂ ਚੈੱਕ ਕਰੋ ਨਾ ਇਹ ਵੱਲਾਂ ਪਈਆਂ ਲੇਕਿਨ ਇਹ ਬੱਚੇ ਸੱਚੇ ਛੋਟੇ ਪੜ੍ਹਨੇ ਨੇ ਅੱਛਾ ਯਾਨੀ ਇਹ ਖਾਣ ਵਾਲੀ ਚੀਜ਼ ਹੈ ਦੋਸਤ ਹਮ ਪਹੁੰਚ ਚੁੱਕੇ ਅੱਡੇ ਪਰ ਅੱਡੇ ਪਰ ਰੌਣ ਕੇ ਜਾ ਰਹੀਆਂ ਗੇਮ ਖੇਡਦੇ ਤਾਂ ਗੇਮ ਲਾਦਾ ਦਿਖਾਵਾਂ ਇਹ ਫੁੱਟਬਾਲ ਯਾਨੀ ਆਲੀ ਨਾਲ ਨੈਟ ਖੇਡੇ ਖੜਨ ਸ਼ਾਬਾਸ਼ ਖੈਰੋਸੀ ਛਿੱਕ ਸ਼ਾਬਾਸ਼ ਮਾਰ ਚਾਚਾ ਗ੍ਰੇਟ ਸ਼ਾਬਾਸ਼
ਸ਼ਾਬਾਸ਼ ਬਸ ਭਈ ਹੋ ਗੁਜੋਂਦੀ ਇਵੇਂ ਲੈਵਲ ਦੀ ਹੋਵੇ ਲੈਵਲ ਦੀ ਪੁੱਤਰਾ ਚਾਰ ਇਕੱਠੇ ਨਾ ਲਾ ਦੇ ਡਿੱਠੀ ਵੇਸੀ ਆਪ ਕੁਝ ਕੁਝ ਚੰਗੀ ਕੁਝ ਚੰਗੀ ਕੁਝ ਇਹਦੇ ਨਾਲ ਚੰਗੀ ਨਹੀਂ ਖਾ ਕੋਈ ਜਿਹਦੇ ਨਾਲ ਚੰਗੀ ਨਹੀਂ ਖਾ دوستو میں تقریباً دیکھو ہفتہ تھی کہ میں لایا ہی میں کہ لیول دی میں ایک چیز بنا رہے لیکن ہوں کوئی سسٹم کہنا پیا تو بنا رہے نا یہ تو جی میں دکھائی سے تو میرے کو نارمل حساب دیا چاہتے میں کوئی لیول دی اچھی جی بنا رہے نا تاکہ کوئی بندہ لاوے پتہ تو لگے ان کو نام شاہن کیڑے کیڑے امیر الود ہاں امیر الود امیر الود اچھا اچھا زبردست گریٹ اے کتوں منگا دے مالا پشاور دا مال پشاور دا مارکا بھائی جان لیول دی بنا رہی تھی یار قسمیں بڑی خوشبو تھی گئی تو ترائے چار فنی کے رلائیاں سی تاں کو مزہ دیتا سی پہلے ہی کہیں کہنا بیٹھا ہی کوئی سمجھ نہیں آنی ہوتی ہوں جس نے ہم ترائے کٹ کے رلائیاں سنا تاں کو چس کیتا ہے ਸ਼ੀਸ਼ੀ ਨਿੱਕੀ ਜਿਹੀ ਜਿਹੜੀ ਦੇਖੋ ਇਹ ਤਾਂ ਚਾਰ ਜਾਣੇ ਮੇਰੇ ਸੰਭਾਲ ਕਰ ਥੋੜ੍ਹੇ ਸਨ ਚੱਲ ਠੀਕ ਹੈ ਮਿਹਰਬਾਨੀ ਥੈਂਕ ਯੂ ویلکم بیک السلام علیکم السلام علیکم کیا بات ہے بیٹا بیٹا کیا بات ہے بول کیا بات ہے بھڑدی پہ بھڑدی اچھا 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 بھڑدی نکر یار ان تو نہیں کری دا چل گا کہ پا جا میں چل چل گھٹ کے نہیں نہیں سیدھا اتنا 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 چل چل ہاں وہ ڈٹھے نہ بات چل چل ہاں اے ہاں شاباش زبردست تیرا روتیا تو نہیں کھڑا چل تو آ ون تو اتھائی تھی ون بس اے اتو اتو ہالے ہالے اتو کر اتو وے بے زہرا تا نہیں اے کے کرن دے میں کڈ سو کیوں وجہ اے گنجا پلیز کے کرن دا اے صبر اے کتا وٹ نہ مارو کے تانو کتا کو جا کھے ہاں کیا کھاسی کیا بات ہے ناپ کے بعد چھوڑنے آنے وٹے مرد کھانے سارا سارا ہے نا کتا تو چاہ کے مال وی سرو میرے کنا کہ کلاس پڑھتا ہے ون دس پہلے سنا سچ ٹھیک ہے تو کہ کلاس پڑھنا فور دس پہلے سنا واقعی کشی آدھی سنا گانا شنا دی نات آدھی بھی کشے شیر آیا شیر تو کون دے اس نے ایک منٹ ڈے تھوڑی اس سائڈ تھی یہ کوئی لیول دے کوئی شیر سنا تے اترا ہے چنگے جائیں یہ کیوں تو سرے نہ کھنا ہے جلدی گھر جانا آن لگی چل کی کہیں ڈبے میں ڈبا ڈبے میں مالک تو میری کھوتی میں تیرا مالک اچھا اگا ڈبے میں ڈبا ڈبے میں پانی میری ٹیچر پھولوں کی نانی اوئے واہ واہ پھولوں کی نانی اچھا اچھا بیا باغ جنیا ڈلا فکر نہ کرتا نہ شادی کرنی ہے کسے کوئی باغ ہے ہرنی ہے ڈلا فکر نہ کرتا نہ شادی کرنی ہے اچھا واہ واہ اچھا بیا چلی بہ گیا ٹوک رہے تھے مامے کول دی منگدا ماما لگا گیا نوکری دے اوئے لے والے جنا تے لے والے اچھا میں اذان آندی پی ہن تو وان بات تیرے نہ کہلے میں پیریڈ گننا ہے نا کیونکہ بندہ اچھا نہیں لگتا اذان اکتا نہیں پی تو دوستو مل دیں انشاءاللہ اگلے ولاگ دے تب تک کے لیے اللہ حافظ انشاءاللہ اللہ میں پیریڈ گننا اگلے ولاگ دے کافی میں کوئی نہ انٹرٹینمنٹ بچہ لگتا پی تو مل دیں انشاءاللہ اگلے ولاگ